ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਵਧਾਈਆਂ ਆਪਣੇ ਸਟੈਨੋ ਵਾਲਿਆਂ ਨੂੰ। ਬੜਾ ਲੰਮਾ ਸੰਘਰਸ਼ ਉਹਨਾਂ ਸੀਗਾ, 16 'ਚ ਪੋਸਟਾਂ ਆਪਾਂ ਭਰੀਆਂ ਸੀਗੀਆਂ, ਸਰਕਾਰ ਬਦਲ ਗਈ ਅਤੇ ਕਾਫੀ ਲੰਮਾ ਟਾਈਮ ਉਹਨਾਂ ਗੈਪ ਹੈਗਾ, ਪੇਪਰ ਹੋਇਆ ਸੀਗਾ ਅਤੇ ਬਹੁਤ ਲੰਬੇ ਟਾਈਮ ਤੋਂ ਇੰਤਜ਼ਾਰ ਕਰ ਰਹੇ ਸੀਗੇ ਸਰਕਾਰ ਉਹਨਾਂ ਦੀ, ਉਹਨਾਂ ਦਾ ਵੇਟ ਕਰਵਾ ਰਹੀ ਸੀ, ਕਾਫੀ ਸਾਹਿਬ ਹੋ ਰਹੇ ਸੀਗੇ, ਸੰਘਰਸ਼ ਚੱਲ ਰਿਹਾ ਸੀਗਾ, ਧਰਨੇ ਲਾ ਰਹੇ ਸੀਗੇ ਅਤੇ ਲਾਸਟ ਵਿੱਚ ਆਪਣੇ ਸਟੈਨੋਗ੍ਰਾਫ ਵਾਲਿਆਂ ਦੀ ਜਿੱਤ ਹੋਈ ਆ ਅਤੇ ਉਹਨਾਂ ਨੂੰ ਸਟੇਸ਼ਨ ਅਲਾਟ ਕਰ ਦਿੱਤੇ ਗਏ ਆ। 29 ਤੱਕ ਉਹਨਾਂ ਨੇ ਆਪਣੇ ਡਿਪਾਰਟਮੈਂਟਾਂ ਵਿੱਚ ਉਹਨਾਂ ਨੇ ਮਿਲਣਾ, ਜਾ ਕੇ ਲੈਟਰ ਮਿਲਣਗੇ ਅਤੇ ਜਿਹੜੇ ਸਟੂਡੈਂਟ ਰਹਿ ਗਏ ਆ ਉਹਨਾਂ ਵਾਸਤੇ, ਉਹ ਵੀ ਕਾਫੀ ਕੱਲ੍ਹ ਦੇ ਮੈਨੂੰ ਮੈਸੇਜ ਕਾਲ ਕਰੀ ਜਾਂਦੇ ਕਿ ਸਰ ਕਿਵੇਂ ਕਰਨਾ, ਤੁਹਾਡਾ ਕੀ ਬਣੂਗਾ ਜੀ। ਜਿਹੜੇ ਰਹਿ ਗਏ ਆ ਉਹਨਾਂ ਪੋਸਟਾਂ ਸੀਗੀਆਂ 471, ਕੁਛ ਇਨਕਰੀਜ਼ ਕੀਤੀਆਂ ਸੀ, ਕੁਛ ਰਿਜ਼ਰਵ ਕੀਤੀਆਂ ਸੀ, ਕਾਫੀ ਰੌਲਾ ਸੀ ਉਹਦਾ ਅਤੇ ਉਹ 404 ਦੀ ਹੁਣ ਇਹਨਾਂ ਲਿਸਟ ਪਾਈ ਹੋਈ ਆ ਡਿਪਾਰਟਮੈਂਟ ਦੇ ਅਕੋਰਡਿੰਗ, ਜਿਹੜੇ ਬਾਕੀ ਜਿਹੜੇ ਰਹਿ ਗਏ ਆ। ਇੱਕ ਤਾਂ ਜਿਹੜੇ ਪਹਿਲਾਂ ਕਲਰਕ ਵਾਲਾ ਰਿਜ਼ਲਟ ਆਪਣਾ ਆਇਆ ਸੀਗਾ, ਸਾਡੇ ਸਟੂਡੈਂਟ ਕਾਫੀ ਸੀਗੇ, ਜਿਹੜੇ ਪਹਿਲਾਂ ਇਹਨਾਂ ਦਾ ਨੰਬਰ ਦੋਨੇ ਪਾਸੇ ਆਇਆ ਹੋਇਆ, ਸਟੈਨੋ ਵਿੱਚ ਵੀ ਅਤੇ ਕਲਰਕ ਵਿੱਚ ਵੀ। ਕਲਰਕ ਵਿੱਚ ਉਹ 2 ਮਹੀਨੇ ਪਹਿਲਾਂ ਜੁਆਇਨ ਕਰ ਚੁੱਕੇ ਆ, ਠੀਕ ਆ, ਹੁਣ ਉਹਨਾਂ ਦਾ ਸਟੈਨੋ ਵਿੱਚ ਵੀ ਨੰਬਰ ਆ ਗਿਆ। ਜਿਹੜੀ ਕੁੜੀਆਂ ਹੈਗੀਆਂ ਸਾਡੇ ਸੈਂਟਰ ਦੀਆਂ ਹੈਗੀਆਂ, ਸਾਡੇ ਲਿੰਕ ਵਿੱਚ ਜਿਹੜੀਆਂ ਹੈਗੀਆਂ, ਕਾਫੀ ਜਿਹੜੀ ਫਰੀਕੋਟ ਸਾਡੇ ਸੈਂਟਰ ਦੀਆਂ ਸੀਗੀਆਂ, ਫਰੀਕੋਟ 'ਚ ਉਹਨਾਂ ਨੂੰ ਸਟੇਸ਼ਨ ਮਿਲ ਗਏ ਆ, ਡਿਪਾਰਟਮੈਂਟ ਵਧੀਆ ਮਿਲ ਗਏ, ਕੰਮ ਹੁਣ ਸਿੱਖ ਲਿਆ 2 ਮਹੀਨੇ ਤੋਂ ਉਹਨਾਂ ਨੇ। ਉਹ ਹੁਣ ਪੁੱਛ ਰਹੇ ਸਰ ਵੀ ਹੁਣ ਅਸੀਂ ਕਰੀਏ, ਅਸੀਂ ਸਟੈਨੋ ਜੁਆਇਨ ਕਰੀਏ ਕਿ ਅਸੀਂ ਹੁਣ ਕਲਰਕ ਹੈਗੇ ਅਤੇ ਹੁਣ ਕਿਵੇਂ ਕਰੀਏ। ਉਹ ਹੁਣ ਜਿਹੜੇ ਸਾਡੇ ਸਟੂਡੈਂਟ ਜਿਹੜੇ ਜੁਆਇਨ ਕਰ ਚੁੱਕੇ ਪਹਿਲਾਂ ਕਲਰਕ, ਉਹ ਇਸ ਕਵਾਰੀ ਤਾਂ ਜਾ ਕੇ ਆਪਣੇ ਡਿਪਾਰਟਮੈਂਟ 'ਚੋਂ ਜੋ ਨਵਾਂ ਡਿਪਾਰਟਮੈਂਟ ਉਹਨਾਂ ਨੂੰ ਮਿਲਿਆ ਆ ਉੱਥੋਂ ਲੈਟਰ ਲੈਣਗੇ। ਉਹ ਸਾਰੇ ਸਟੂਡੈਂਟ ਜਿਹੜੇ ਹੈਗੇ ਆ ਲੈਟਰ ਇੱਕ ਵਾਰੀ ਲੈਣਗੇ। ਅਹੁਦੇ ਦਾ ਫਰਕ ਹੁੰਦਾ ਆ, ਸੈਲਰੀ ਦਾ ਫਰਕ ਨਹੀਂ ਹੁੰਦਾ ਕਲਰਕ ਅਤੇ ਸਟੈਨੋ ਵਿੱਚ, ਅਹੁਦੇ ਦਾ ਫਰਕ ਹੈਗਾ। ਪ੍ਰਮੋਸ਼ਨ ਦਾ ਕਾਫੀ ਚੱਕਰ ਹੁੰਦਾ ਇਹਦੇ ਵਿੱਚ, ਸੀਨੀਓਰਟੀ ਦਾ ਚੱਕਰ ਪੈ ਜਾਣਾ, ਜਿਵੇਂ ਥੋੜ੍ਹਾ ਉਹ ਜੇ ਹੁਣ ਕਲਰਕ ਵਾਲੀ ਜੋਬ ਛੱਡ ਕੇ ਸਟੈਨੋ ਵਿੱਚ ਆਉਂਦੇ ਆ ਤਾਂ 2 ਮਹੀਨੇ ਦਾ ਪਹਿਲਾਂ ਜੁਆਇਨ ਕੀਤਾ ਹੋਇਆ, ਇਸ 2 ਮਹੀਨੇ ਵਿੱਚ ਕਾਫੀ ਜਿੰਨੇ ਹੋਰ ਕਲਰਕ ਜੁਆਇਨ ਹੋਏ ਜਾਂ ਸਟੈਨੋ ਜੁਆਇਨ ਹੋਏ ਆ ਉਹ ਉਹਨਾਂ ਨੂੰ ਅੱਗੇ ਰਹਿਣਗੇ। ਕਾਫੀ ਗੱਲਾਂ ਦਾ ਧਿਆਨ ਰੱਖਣਾ ਪਊਗਾ ਉਹਨਾਂ ਸਟੂਡੈਂਟਸ ਨੂੰ ਜਿਹੜੇ ਆਲਰੇਡੀ ਪਹਿਲਾਂ ਜੁਆਇਨ ਕਰ ਚੁੱਕੇ ਆ, ਇਸ ਕਰਕੇ ਥੋੜ੍ਹਾ ਸੋਚ ਸਮਝ ਕੇ ਉਹ ਵੀ ਫੈਸਲਾ ਲੈਣਗੇ ਸਾਡੇ ਸਟੂਡੈਂਟ ਵੀ, ਅਤੇ ਲੈਟਰ ਸਾਰੇ ਲੈ ਕੇ ਆਉਣਗੇ। ਭਾਵੇਂ ਕਲਰਕ ਉਹ ਜੁਆਇਨ ਕਰ ਚੁੱਕੇ ਆ, ਉਹਨਾਂ ਨੂੰ ਡਿਪਾਰਟਮੈਂਟ ਹੁਣ ਅਲਾਊਡ ਹੋਏ ਆ ਸਟੈਨੋ ਵੱਲੋਂ, ਜਿਹੜੇ ਉਹ ਆਪਦੇ ਹੈੱਡ ਆਫਿਸ 'ਚੋਂ ਜਾ ਕੇ ਸਟੈਨੋ ਵਾਲਾ ਲੈਟਰ ਲੈ ਕੇ ਆਉਣਗੇ। ਜੁਆਇਨ ਨਹੀਂ ਕਰਦੇ ਉਹ ਬਾਅਦ 'ਚ ਵੇਖਣ ਵੀ ਉਹਨੂੰ ਸਟੇਸ਼ਨ ਕੀ ਮਿਲਦਾ, ਜਿਹੜੀ ਲੋਕਲ ਕੁੜੀਆਂ ਹੈਗੀਆਂ ਫਰੀਕੋਟ ਦੀਆਂ, ਜੇ ਉਹਨਾਂ ਨੂੰ ਆਪਾਂ ਲੋਕਲ ਇੱਥੇ ਦੁਆਰਾ ਸਟੇਸ਼ਨ ਮਿਲਦਾ ਹੋਇਆ ਫਿਰ ਤਾਂ ਉਹ ਸਟੈਨੋ ਜੁਆਇਨ ਕਰਨਗੇ, ਅਤੇ ਜੇ ਕਿਤੇ ਸਟੈਨੋ ਨੂੰ ਉਹਨਾਂ ਨੂੰ ਸੈਂਟਰ ਜਿਹੜਾ ਸਟੇਸ਼ਨ ਹੈਗਾ ਕਿਤੇ ਬਾਹਰ ਮਿਲਦਾ ਹੋਇਆ ਫਿਰ ਸ਼ਾਇਦ ਉਹ ਸੋਚਣ ਵੀ ਉਹ ਨਾ ਜੁਆਇਨ ਕਰਨਾ। ਇਸ ਕਰਕੇ ਇਹ ਸਾਰਾ ਜਿਹੜਾ ਪੰਜਾਬ ਦੇ ਵਿੱਚ ਹੀ ਜਿਹੜੇ ਸਟੂਡੈਂਟ ਜਿਹੜੇ ਪਹਿਲਾਂ ਹੈ ਸਟੈਨੋ ਪਰ ਉਹ ਕਲਰਕ ਜੋਬ ਲੱਗ ਗਏ ਆ 2 ਮਹੀਨੇ ਪਹਿਲਾਂ, ਉਹ ਸੋਚ ਸਮਝ ਕੇ ਆਪਣਾ ਡਿਸੀਜ਼ਨ ਲੈਣਗੇ ਅਤੇ ਉਸ ਤੋਂ ਬਾਅਦ ਪਤਾ ਲੱਗੂਗਾ ਵੀ ਕਿੰਨੀਆਂ ਸੀਟਾਂ ਸਟੈਨੋ ਵਾਲੀਆਂ ਫਿਰ ਖਾਲੀ ਰਹਿੰਦੀਆਂ। ਜਿਵੇਂ 404 ਹੁਣ ਜੁਆਇਨ ਹੋਈਆਂ, ਪੋਸਟਾਂ ਟੋਟਲ ਸੀਗੀਆਂ 471, ਜਿਹੜੇ ਬਾਕੀ ਰਹਿ ਗਈਆਂ ਉਹ ਤਾਂ ਕੁਛ ਰਿਜ਼ਰਵ ਹੈਗੀਆਂ, ਜਿਹੜੀ ਕੈਟਾਗਰੀ ਦੀਆਂ ਸਟੂਡੈਂਟ ਹੈ ਹੀ ਨਹੀਂ ਗਏ, ਹੈਂਡੀਕੈਪਟ, ਖਿਡਾਰੀ, ਫੌਜੀ, ਉਹਨਾਂ ਦੇ ਜਿਹੜੇ ਸਟੂਡੈਂਟ ਹੈ ਹੀ ਨਹੀਂ ਉਹ ਤਾਂ ਸਰਕਾਰ ਨੂੰ ਖਾਲੀ ਛੱਡਣੀਆਂ ਹੀ ਪੈਣਗੀਆਂ। ਭਾਵੇਂ ਉਹ ਸਟੂਡੈਂਟ ਨਹੀਂ ਵੀ ਹੈਗੇ ਉਹ ਖਾਲੀ ਹੀ ਰਹਿਣਗੀਆਂ, ਉਹ ਨਹੀਂ ਫਿੱਲ ਹੁੰਦੀਆਂ। ਜਿਹੜੇ ਸਟੂਡੈਂਟ ਹੁਣ ਕਲਰਕ ਜੁਆਇਨ ਕਰ ਚੁੱਕੇ ਪਹਿਲਾਂ ਅਤੇ ਉਹ ਜੇ ਹੁਣ ਸਟੈਨੋ ਵਿੱਚ ਜੁਆਇਨ ਨਹੀਂ ਕਰਦੇ, ਉਹਨਾਂ ਦੀਆਂ ਸੀਟਾਂ ਜਿਹੜੀਆਂ ਬਾਕੀ ਸਟੂਡੈਂਟ ਹੁਣ ਵੇਟਿੰਗ 'ਚ ਬਾਕੀ ਰੱਖੇ ਆ ਉਹਨਾਂ ਨੂੰ ਮਿਲਣਗੀਆਂ, ਜੇ ਕਲਰਕ ਵਾਲੇ ਸਟੂਡੈਂਟ ਨਹੀਂ ਜੁਆਇਨ ਕਰਦੇ ਸਟੈਨੋ ਵਿੱਚ। ਜੇ ਉਹਦੀ ਕਲਰਕ ਵਾਲੀ ਜੋਬ ਛੱਡ ਕੇ ਸਟੈਨੋ ਵਿੱਚ ਆ ਜਾਂਦੇ ਆ ਫਿਰ ਕਾਫੀ ਸਟੂਡੈਂਟ ਹੈਗੇ ਆ, ਕਾਫੀ ਕਾਰਨ ਹੋ ਜਾਂਦੇ ਆ ਜਿਹਦੇ ਵਿੱਚ ਸੀਨੀਓਰਟੀ ਆ ਜਾਣੀ ਆ ਅਤੇ ਟਾਈਮ ਕਾਫੀ ਲੰਘ ਚੁੱਕਾ, ਕੰਮ ਸਿੱਖ ਵੀ ਚੁੱਕੇ ਆ, ਕੁਛ ਸਟੇਸ਼ਨ ਦਾ ਚੱਕਰ ਪੈਣਾ, ਸਟੇਸ਼ਨ ਲੋਕਲ ਹੁਣ ਮਿਲੇ ਹੋਏ ਆ ਕਲਰਕ ਵਾਲੇ ਆ ਕੁੜੀਆਂ ਨੂੰ ਸਾਡੀਆਂ ਨੂੰ ਅਤੇ ਮੁੰਡੇ ਕੁਛ ਬਾਹਰ ਵੀ ਹੈਗੇ ਜੋ ਉਹਨਾਂ ਨੂੰ ਲੋਕਲ ਫਰੀਕੋਟ ਆਪਦਾ ਮਿਲਦਾ ਹੋਇਆ ਅਤੇ ਉਹ ਸਟੈਨੋ ਵਿੱਚ ਵਾਪਸ ਵੀ ਆਉਣਗੇ। ਇਸ ਕਰਕੇ ਥੋੜ੍ਹੀ ਜਿਹੀ ਵੇਟ ਕਰਨੀ ਪੈਣੀ ਜਿਹੜੇ ਵੇਟਿੰਗ ਸਟੂਡੈਂਟ ਹੈਗੇ ਆ, ਜਿੰਨੀ ਚਿਰ ਇਹ ਸਾਰਾ ਪਲੱਸ ਪੂਰਾ ਨਹੀਂ ਹੁੰਦਾ, ਜੁਆਇਨਿੰਗ ਨਹੀਂ ਹੁੰਦੀ, ਉਹਨਾਂ ਟਾਈਮ ਤੁਹਾਨੂੰ ਸਾਰਿਆਂ ਨੂੰ ਵੇਟ ਕਰਨੀ ਪੈਣੀ ਆ, ਠੀਕ ਹੈ। ਇਸ ਕਰਕੇ ਉਹ ਡਿਸੀਜ਼ਨ ਥੋੜ੍ਹੇ ਟਾਈਮ ਪਰ ਮਿਲੂਗਾ। ਸਟੂਡੈਂਟ ਕੱਲ੍ਹ ਦੇ ਹੀ ਮੈਨੂੰ ਮੈਸੇਜ ਕਾਲ ਕਰ ਰਹੇ ਸਨ ਵੀ ਸਾਡਾ ਅਸੀਂ ਰਹਿ ਗਏ ਹਾਂ ਵੀ ਸਾਡਾ ਕੀ ਬਣੂ ਕੀ ਕਰ ਰਿਹਾ ਹੁਣ ਪ੍ਰੋਸੈਸ, ਜੋ ਮੇਰੇ ਹਿਸਾਬ ਨਾਲ ਤਾਂ ਇਹੀ ਆ ਵੀ ਸਟੂਡੈਂਟ ਦੀ ਵੇਟ ਕਰਨਗੇ ਗੌਰਮੈਂਟ ਨੂੰ। ਹੁਣ ਇਹ ਕੋਈ ਸਟੂਡੈਂਟ ਜਾ ਕੇ ਉੱਥੇ ਨਹੀਂ ਕਹੂੰਗਾ ਮੈਂ ਜੁਆਇਨ ਨਹੀਂ ਕਰਨਾ ਜੀ, ਲੇਕਿਨ ਇਹ ਦੇਖਿਆ ਉਹ ਗੌਰਮੈਂਟ ਨੂੰ ਰਿਟਰਨ ਦੇ ਵਿੱਚ ਚਾਹੀਦਾ ਹੁੰਦਾ ਵੀ ਸਟੂਡੈਂਟ ਆਪ ਜਵਾਬ ਦੇਵੇ ਵੀ ਮੈਂ ਜੁਆਇਨ ਨਹੀਂ ਕਰਨਾ, ਠੀਕ ਆ। ਹੁਣ ਸਰਕਾਰ ਕੋਈ ਬੰਦਾ ਆਪਦਾ ਪੈਸਾ ਲਾ ਕੇ ਨਹੀਂ ਉੱਥੇ ਚੰਡੀਗੜ੍ਹ ਜਾਊਗਾ ਜੀ ਮੇਰੇ ਤੋਂ ਲਿਖ ਕੇ ਲੈ ਲਓ ਜੀ ਮੈਂ ਸਟੈਨੋ ਨਹੀਂ ਜੁਆਇਨ ਕਰ ਰਿਹਾ, ਸਰਕਾਰ ਇਹਨਾਂ ਨੂੰ ਲੈਟਰ ਭੇਜੂਗੀ ਆਫਿਸ਼ੀਅਲੀ, ਇਹਨਾਂ ਦੇ ਸੈਨ ਹੋਣਗੇ, ਜੇ ਸੈਨ ਨਹੀਂ ਕਰਦੇ ਲੈਟਰ ਦਾ ਜਵਾਬ ਨਹੀਂ ਦਿੰਦੇ ਅਤੇ ਆਟੋਮੈਟਿਕਲੀ 2-3 ਮਹੀਨੇ 3 ਚਾਂਸ ਹੁੰਦੇ ਆ, ਉਸ ਤੋਂ ਬਾਅਦ ਸਰਕਾਰ ਆਟੋਮੈਟਿਕਲੀ ਇਹਨਾਂ ਨੂੰ ਰਿਜੈਕਟ ਕਰ ਦਿੰਦੀ ਆ। ਇਸ ਕਰਕੇ ਕੋਈ ਰਿਜੈਕਟ ਹੋਣ ਲਈ ਉੱਥੇ ਚੰਡੀਗੜ੍ਹ ਨਹੀਂ ਜਾਊਗਾ, ਇਸ ਜਿਹਨੇ ਦਾ ਜੁਆਇਨ ਕਰਨਾ ਹੈਗਾ ਉਹ ਲੈਟਰ ਲੈ ਕੇ ਘਰ ਬਹਿ ਜੂਗਾ, ਜੇ ਨਹੀਂ ਜੁਆਇਨ ਕਰਨਾ ਤਾਂ ਵੀ ਉਹਨੇ ਇਨਫੋਰਮ ਨਹੀਂ ਕਰਨਾ ਗਵਰਨਮੈਂਟ ਨੂੰ,
ਜਿਹੜੇ ਲੋਕਲ ਨੇੜੇ ਹੋਏ ਡਿਪਾਰਟਮੈਂਟ ਵਾਲੇ ਉਹ ਤੁਹਾਨੂੰ ਇਨਫੋਰਮ ਕਰ ਦੇਣਗੇ ਅਸੀਂ ਜੁਆਇਨ ਨਹੀਂ ਕਰ ਰਹੇ, ਪਰ ਜਿਹੜੇ ਦੂਰ ਬੈਠੇ ਉਹ ਕਿਰਾਇਆ ਲਾ ਕੇ ਸਪੈਸ਼ਲ ਚੰਡੀਗੜ੍ਹ ਜਾ ਕੇ ਨਹੀਂ ਇਨਫੋਰਮ ਕਰਕੇ ਆਉਣਗੇ ਜਾਂ ਕਿਸੇ ਡਿਪਾਰਟਮੈਂਟ 'ਚ ਜੁਆਇਨ ਨਹੀਂ ਦੱਸਣਗੇ ਅਸੀਂ ਜੁਆਇਨ ਨਹੀਂ ਕਰ ਰਹੇ। ਡਿਪਾਰਟਮੈਂਟ ਵੀ ਕਾਫੀ ਚਾਂਸ ਦਿੰਦਾ, ਉਹਨੂੰ ਕਾਲ ਵੀ ਕਰਦਾ, ਲੈਟਰ ਵੀ ਭੇਜਦਾ ਵੀ ਦੱਸੋ ਵੀ ਕਿਵੇਂ ਤੁਸੀਂ ਜੁਆਇਨ ਕਰਨਾ ਨਹੀਂ ਕਰਨਾ, ਕਿਉਂਕਿ ਜੇ ਗਵਰਨਮੈਂਟ ਪਹਿਲੇ ਰਿਜੈਕਟ ਕਰ ਦਿੰਦੀ ਆ ਤਾਂ ਕੱਲ੍ਹ ਨੂੰ ਬੰਦਾ ਮੈਡੀਕਲ ਲੈ ਕੇ ਪਹੁੰਚੇ ਜੀ ਮੈਂ ਤਾਂ ਬਿਮਾਰ ਸੀਗਾ ਜੀ ਵੀ ਤੁਸੀਂ ਮੈਨੂੰ ਰਿਜੈਕਟ ਕਿਉਂ ਕਰਨਾ, ਮੈਂ ਤਾਂ ਇੱਥੇ ਜੁਆਇਨ ਹੋਣਾ, ਇਸ ਕਰਕੇ ਕਾਫੀ ਹੋਊਗਾ। ਅਤੇ ਜੇ ਕਲਰਕ ਕੋਲ ਸਟੂਡੈਂਟ ਕੋਈ ਜੋਬ ਛੱਡਦਾ ਹੈਗਾ ਉਹਨਾਂ ਨੂੰ ਆਪਦੀ ਉੱਥੇ ਸੈਲਰੀ ਦੇ ਕੇ, ਜਿਹੜਾ ਹੁਣ ਮਹੀਨਾ ਚੱਲਦਾ ਪਿਆ ਇਹਦੀ ਸੈਲਰੀ ਗਵਰਨਮੈਂਟ ਨੂੰ ਵਾਪਸ ਕਰਨੀ ਪੈਂਦੀ ਆ, 2 ਮਹੀਨੇ ਦੀ ਸੈਲਰੀ ਵਾਪਸ ਕਰਨੀ ਪਊਗੀ। ਜੇ ਜੋ ਕਲਰਕ ਕੋਲ ਜੋਬ ਛੱਡਦੇ ਆ ਉਹ ਆਪਦੀ ਸੈਲਰੀ ਵਾਪਸ ਕਰਕੇ ਹੀ ਰਿਜ਼ਾਇਨ ਦੇ ਸਕਦੇ, ਫਿਰ ਹੀ ਉਸ ਕੈਨਲ ਨੂੰ ਜੁਆਇਨ ਕਰ ਸਕਦੇ। ਇਸ ਕਰਕੇ ਸਟੂਡੈਂਟ ਨੂੰ ਵੀ ਧਿਆਨ ਰੱਖਣਾ ਪੈਣਾ ਵੀ ਆਪਦੀ ਉਹ ਜੇ ਉਹ ਰਿਜ਼ਾਇਨ ਦਿੰਦੇ ਆ ਉਹ 2 ਮਹੀਨੇ ਦੀ ਸੈਲਰੀ, ਵੈਸੇ 30 ਦਿਨ ਦਾ ਪੀਰੀਅਡ ਹੁੰਦਾ ਉਹ 1 ਮਹੀਨੇ ਦਾ ਹੁੰਦਾ ਆ, ਅਤੇ ਉਹ ਮੰਨ ਕੇ ਚੱਲੋ ਵੀ 1 ਮਹੀਨੇ ਦੀ ਜਿਹੜੀ ਤਨਖਾਹ ਤੁਹਾਡੀ ਸੀਗੀ ਉਹ ਤੁਹਾਨੂੰ ਗੌਰਮੈਂਟ ਨੂੰ ਵਾਪਸ ਕਰਨੀ ਪੈਣੀ ਆ, ਅਤੇ ਜਾਂ ਤਾਂ ਮਹੀਨਾ ਪੂਰਾ ਕਰਾਉਣਾ ਪਊਗਾ ਅਤੇ ਜਾਂ ਸੈਲਰੀ ਵਾਪਸ ਕਰਨੀ ਪੈਣੀ ਆ 2 ਮਹੀਨੇ ਦੀ। ਇਸ ਕਰਕੇ ਉਹ ਵੀ ਡਿਸੀਜਨ ਲੈਣ ਤੋਂ ਪਹਿਲਾਂ ਸੋਚਣਾ ਪੈਣਾ ਵੀ ਕਿਵੇਂ ਕਰਨਾ ਹੈਗਾ, ਠੀਕ ਆ। ਇਸ ਕਰਕੇ ਦੇਖਦੇ ਹਾਂ, ਵੇਟ ਕਰੋ, ਜਿਹੜੇ ਵੇਟਿੰਗ ਦੇ ਵਿੱਚ ਹੈਗੇ ਆ ਥੋੜ੍ਹਾ ਜਿਹਾ ਵੀ ਦੇਖਦੇ ਹਾਂ ਸਟੂਡੈਂਟ ਕੀ ਡਿਸਾਈਡ ਕਰਦੇ ਆ, ਸਾਡੇ ਨਾਲ ਵੀ ਸਲਾਹ ਕਰ ਰਹੇ ਆ, ਆਪਦੇ ਪੇਰੈਂਟਸ ਨਾਲ ਕਰ ਰਹੇ ਆ, ਆਪਦਾ ਵੀ ਸੋਚ ਰਹੇ ਆ, ਠੀਕ ਆ। ਅਹੁਦੇ ਦਾ ਫਰਕ ਹੁੰਦਾ ਹੀ ਆ ਕਲਰਕ ਸਟੈਨੋ ਦਾ, ਤੁਹਾਨੂੰ ਪਤਾ ਹੀ ਆ, ਠੀਕ ਆ। ਬਾਕੀ ਕੁਛ ਪ੍ਰਮੋਸ਼ਨ ਦੇ ਹੁੰਦੇ ਆ ਆਪਦੇ ਰੌਲੇ, ਠੀਕ ਆ, ਉਹ ਸਾਰਾ ਸਮਝ ਕੇ ਸਭ ਕੁਛ ਸਟੂਡੈਂਟ ਡਿਸੀਜਨ ਲਊਗਾ। ਇਸ ਕਰਕੇ ਜਿਹੜੇ ਵੇਟਿੰਗ ਦੇ ਵਿੱਚ ਰੱਖੇ ਹੋਏ, ਬਾਕੀ ਸਾਰੇ ਵੇਟਿੰਗ ਕੀ 400-400 ਤੋਂ ਬਾਅਦ ਤਾਂ ਠੀਕ ਹੈ, ਅਤੇ 471 ਤਾਂ ਫਿਲ ਹੋਣਗੀਆਂ ਕਿ ਜਿਹੜੀ ਕੁਛ ਰਿਜ਼ਰਵ ਹੈਗੀਆਂ ਬੰਦੇ ਨਹੀਂ ਮਿਲਣਗੇ ਉਹ ਖਾਲੀ ਵੀ ਰਹਿਣਗੀਆਂ, ਵੀ ਮੰਨ ਕੇ ਚਲੋ 450 ਹੀ ਫਿਲ ਹੋਏਗੀ, ਵੀ ਜਿਹੜੇ ਬਾਕੀ ਰਹਿ ਗਏ 40-50 ਸਟੂਡੈਂਟ ਉਹ ਜੁਆਇਨ ਹੋਣਗੇ, ਜਿਹੜੇ ਜ਼ਿਆਦਾ ਘੱਟ ਗਲਤੀਆਂ ਵਾਲੇ ਹੈਗੇ ਆ। ਜ਼ਿਆਦਾ ਗਲਤੀਆਂ ਵਾਲੇ ਤਾਂ ਥੋੜ੍ਹੇ ਜਿਹੇ ਜਿਹੜੇ ਥੱਲੇ ਹੈਗੇ ਆ ਉਹ ਤਾਂ ਹੁਣ ਨੈਕਸਟ ਤਿਆਰੀ ਕਰ ਦਿਓ ਸਟਾਰਟ, ਪੋਸਟ ਆਪਣੀਆਂ ਫਿਰ ਆ ਰਹੀਆਂ ਆ, ਇਸ ਚੀਜ਼ ਦੀ ਵੇਟ ਕਰ ਰਹੇ ਸੀ ਕਾਫੀ ਟਾਈਮ ਤੋਂ। ਸਾਰੇ ਡਿਪਾਰਟਮੈਂਟਾਂ 'ਚ ਬਹੁਤ ਬੰਦੇ ਰਿਟਾਇਰ ਵੀ ਹੋਏ ਵੀ ਆ, ਪੋਸਟਾਂ ਕਾਫੀ ਖਾਲੀ ਵੀ ਹੈਗੀਆਂ, ਹੁਣ ਚਾਂਸ ਬਹੁਤ ਹੈਗੇ ਵੀ ਪੋਸਟ ਆਪਣੇ ਜਲਦੀ ਆ ਜਾਣਗੀਆਂ, ਵੋਟਾਂ ਵੀ ਨੇੜੇ ਆ ਰਹੀਆਂ ਆ, ਠੀਕ ਹੈ। ਇਸ ਕਰਕੇ ਕਰੋ ਤਿਆਰੀ, ਜਿਹੜੇ ਸਟੈਨੋ ਕਰ ਰਹੇ ਆ ਠੀਕ ਖਿੱਚ ਕੇ ਰੱਖੋ ਤਿਆਰੀ, ਤੁਸੀਂ ਵੇਖ ਹੀ ਲਿਆ ਕਿੰਨਾ ਕੰਪਟੀਸ਼ਨ ਹੈਗਾ, ਕਿੰਨੀ ਦੁਨੀਆ ਹੁਣ ਸਟੈਨੋ ਕਰ ਰਹੀ ਹੈ। ਇਸ ਕਰਕੇ ਤੁਹਾਨੂੰ ਬੈਸਟ ਹੋਣਾ ਪੈਣਾ, ਕੁਆਲਿਟੀ ਦੇਣੀ ਪੈਣੀ ਆ ਸਟੈਨੋ ਕਰਨਾ, ਅਤੇ 32 ਗਲਤੀਆਂ ਨਾਲ ਪਾਸ ਹੋ ਕੇ ਲਿਸਟ ਵਿੱਚ ਆ ਜਾਣਾ, 619 ਲਿਸਟ ਵਿੱਚ ਆਏ ਸੀਗੇ, ਅਤੇ ਦੇਖ ਲਓ ਵੀ ਜੁਆਇਨ ਆ ਜਿਹੜੇ ਹੈਗੇ ਆ ਉਹ 404 ਹੋ ਰਹੇ ਆ। ਇਸ ਕਰਕੇ ਉਹ ਲਿਸਟ ਵਿੱਚ ਨਹੀਂ ਆਉਣਾ, ਪਾਸ ਨਹੀਂ ਹੋਣਾ 32 ਨਾਲ, ਮੈਰਿਟ 'ਚ ਆਉਣਾ ਆਪਾਂ, ਟੋਪ 'ਚ ਰਹਿਣਾ ਆ ਅਤੇ ਫਿਰ ਜੋਬ ਮਿਲਣੀ ਆਪਾਂ, ਠੀਕ ਆ। ਬਸ ਅੱਜ ਦੀ ਮੈਂ ਇਕੱਠੇ ਸਾਰਿਆਂ ਨੂੰ ਜੋਬ ਦੇ ਦਿੰਦੇ ਹਾਂ, ਸਟੂਡੈਂਟ ਮੈਨੂੰ ਕਾਲ ਮੈਸੇਜ ਕਰ ਹੀ ਰਹੇ ਸੀਗੇ, ਅਤੇ ਮੈਂ ਕਿਹਾ ਚਲੋ ਵੀਡੀਓ ਪਾ ਦਿੰਦੇ ਹਾਂ, ਤੁਹਾਡੇ ਨਾਲ ਗੱਲਬਾਤ ਕਰਦੇ ਹਾਂ, ਠੀਕ ਹੈ। ਬਾਕੀ ਜਿਹੜਾ ਕੋਈ ਹੋਰ ਗੱਲਬਾਤ ਹੋਈ ਤੁਸੀਂ ਮੈਨੂੰ ਕਮੈਂਟ ਕਰੋ, ਮੈਸੇਜ ਕਰੋ, ਕਾਲ ਕਰੋ ਜਦੋਂ ਮਰਜ਼ੀ, ਮੇਰਾ ਨੰਬਰ ਦਿੱਤੇ ਹੋਏ ਆ ਡਿਸਕ੍ਰਿਪਸ਼ਨ ਦੇ ਵਿੱਚ, ਠੀਕ ਹੈ। ਅਤੇ ਜੇ ਇਸ ਚੈਨਲ 'ਤੇ ਤੁਸੀਂ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ, ਵੀ ਜਿਹੜੇ ਕੱਲ੍ਹ ਨੂੰ ਕੋਈ ਹੋਰ ਵੀ ਨੋਟੀਫਿਕੇਸ਼ਨ ਆਉਂਦਾ ਜਾਂ ਕੋਈ ਅਪਡੇਟ ਮਿਲਦੀ ਆ ਤੁਹਾਨੂੰ ਮਿਲਦੀ ਰਹੇ, ਤੁਹਾਡੇ ਤੋਂ ਮਿਸ ਨਾ ਹੋ ਜਾਏ। ਅਤੇ ਆਪਾਂ ਬਾਕੀ ਤਿਆਰੀ ਕਰ ਹੀ ਰਹੇ ਹਾਂ, ਡੇਲੀ ਡਿਕਟੇਸ਼ਨ ਪਾ ਰਹੇ ਹਾਂ, ਹੁਣ ਅਸੀਂ ਅਖਬਾਰ 3-4 ਸਟਾਰਟ ਕੀਤੇ ਹੋਏ ਆ, ਪਹਿਲਾਂ ਡੇਲੀ ਇੱਕ ਅਖਬਾਰ ਹੁੰਦਾ ਸੀ, ਹੁਣ ਅਸੀਂ ਔਨਲਾਈਨ ਨੈੱਟ ਤੋਂ ਹੀ ਡਾਊਨਲੋਡ ਕਰਕੇ ਪ੍ਰਿੰਟ ਕੱਢਦੇ ਹਾਂ ਅਖਬਾਰ ਦਾ, ਅਤੇ ਅਖਬਾਰ ਡੇਲੀ ਚੇਂਜ ਹੁੰਦਾ ਆ, ਪਹਿਲਾਂ ਡੇ ਬਾਏ ਚੇਂਜ ਹੁੰਦਾ ਸੀ, ਹੁਣ ਡੇਲੀ ਜਿਹੜਾ ਅਸੀਂ ਡਿਕਟੇਸ਼ਨ ਅਪਲੋਡ ਕਰਦੇ ਹਾਂ ਜਾਂ ਸੈਂਡ ਕਰਦੇ ਹਾਂ ਵਟਸਐਪ ਗਰੁੱਪ 'ਤੇ, ਉਹ ਅਲੱਗ ਅਲੱਗ ਅਖਬਾਰ ਦੀਆਂ ਅਲੱਗ ਅਲੱਗ ਡਿਕਟੇਸ਼ਨਸ ਹੁੰਦੀਆਂ, ਠੀਕ ਹੈ। ਇਸ ਕਰਕੇ ਉਹਨੂੰ ਵੀ ਜੁਆਇਨ ਕਰੋ ਅਤੇ ਪ੍ਰੈਕਟਿਸ ਕਰੋ, ਅਸੀਂ ਤੁਹਾਡੇ ਨਾਲ ਹੀ ਹਾਂ, ਠੀਕ ਹੈ। ਬਾਕੀ ਆਊਟਲਾਈਨਸ ਵੀ ਅਸੀਂ ਡੇਲੀ ਵੀਡੀਓ ਅਪਲੋਡ ਕਰਦੇ ਹਾਂ, ਉਹਨੂੰ ਵੇਖੋ ਅਤੇ ਇਸ ਚੈਨਲ ਨੂੰ ਗਾਹਾਂ ਸ਼ੇਅਰ ਕਰੋ ਲੋਕਾਂ ਨੂੰ ਵੀ, ਘਰ ਬੈਠੇ ਵੀ ਜਿਹੜੇ ਹੁਣ ਬਹੁਤ ਟਾਈਮ ਤੋਂ ਫੀਸਾਂ ਭਰ ਰਹੇ ਸੀ ਇੰਸਟੀਟਿਊਟ ਦੇ ਵਿੱਚ ਅਤੇ ਹੁਣ ਉਹ ਘਰ ਬੈਠੇ ਆ ਅਤੇ ਉਹ ਘਰ ਬਹਿ ਕੇ ਹੀ ਤਿਆਰੀ ਕਰਨ, ਹੁਣ ਕੰਪਿਊਟਰ ਆਪਣੇ ਕੋਲ ਸਾਰਿਆਂ ਕੋਲ ਹੈਗੇ ਆ, ਡਿਕਟੇਸ਼ਨ ਆਪਾਂ ਨੂੰ ਚਾਹੀਦੀ ਆ, ਤੁਹਾਨੂੰ ਅਸੀਂ ਪ੍ਰੋਵਾਈਡ ਕਰ ਹੀ ਰਹੇ ਹਾਂ, ਪਰ ਠੀਕ ਹੈ ਜੀ, ਕਰੋ ਮਿਹਨਤ, ਠੀਕ ਹੈ ਜੀ, ਥੈਂਕ ਯੂ ਜੀ।